ਨਾਲ ਇੱਥੋਂ ਦੇ ਏਜੰਟ ਹੈ, ਇਹਨਾਂ ਨਾਲ ਪਿਛਲੇ 5-6 ਮਹੀਨੇ ਤੋਂ ਸਾਡੀ ਗੱਲਬਾਤ ਚੱਲ ਰਹੀ ਹੈ। ਇੱਥੋਂ ਮੰਨ ਕੇ ਇਹਨਾਂ ਨੇ ਇੱਕ ਬੱਚੀ ਦਾ ਵੀਜ਼ਾ ਲਵਾਇਆ ਸੀਗਾ, ਉਸ ਦੀ ਜਿਹੜੀ ਫੀਸ ਹੁੰਦੀ ਹੈ ਉਹ ਫੀਸ ਨਹੀਂ ਇਹਨਾਂ ਨੇ ਪ੍ਰੋਪਰ ਉੱਥੇ ਭੇਜੀ। ਜਦੋਂ ਬੱਚੀ ਨੇ ਮਤਲਬ ਕਾਲਜ ਦੇ ਵਿੱਚ ਉਹ ਫੀਸ ਬਾਰੇ ਗੱਲਬਾਤ ਪਤਾ ਕਰੀ ਤਾਂ ਉਹ ਕਹਿੰਦੇ ਤੁਹਾਡੀ ਕਿਸੇ ਨੇ ਇੱਥੇ ਫੀਸ ਨਹੀਂ ਭਰੀ। ਕਿਹੜੀ ਕੰਟਰੀ ਗਈ ਕੁੜੀ? ਉਹ ਕੈਨੇਡਾ ਦੇ ਵਿੱਚ ਗਏ ਹੈ ਜੀ। ਅੱਛਾ ਜੀ, ਤੁਸੀਂ ਕਿੰਨੇ ਟੋਟਲ ਇਹਨਾਂ ਨੂੰ ਪੈਸੇ ਦਿੱਤੇ ਸੀ? ਅਸੀਂ 20 ਲੱਖ ਰੁਪਇਆ, 20.5 ਲੱਖ ਰੁਪਏ ਇਹਨਾਂ ਨੂੰ ਦਿੱਤਾ। 20.5 ਲੱਖ ਦੇ ਵਿੱਚੋਂ ਜਿਹੜਾ ਰਿਫੰਡ ਆਉਂਦਾ ਹੁੰਦਾ ਨਾ ਤਾਂ ਇਹਨਾਂ ਨੇ ਉਹ ਰਿਫੰਡ ਵਾਪਸ ਕੀਤਾ ਸਾਡਾ, ਅਤੇ ਨਾ ਸਾਡੀ GST ਖਾ ਗਏ ਵਿੱਚੋਂ। ਕੈਨੇਡਾ ਭੇਜਿਆ ਜੀ, ਕੈਨੇਡਾ ਭੇਜ ਕੇ ਅਸੀਂ ਇਹਨਾਂ ਨੇ ਸਾਨੂੰ ਕਿਹਾ ਜੀ ਪ੍ਰਾਈਵੇਟ ਕਾਲਜ ਦੇ ਵਿੱਚ ਅਸੀਂ ਐਡਮਿਸ਼ਨ ਕਰਾਈ ਇਹਨਾਂ ਦੀ, ਬਟ ਇਹਨਾਂ ਨੇ ਜਦੋਂ ਵੀਜ਼ਾ ਆ ਗਿਆ ਇਹਨਾਂ ਦਾ ਉਦੋਂ ਸਾਨੂੰ ਕਹਿੰਦੇ ਪਏ ਕਿ ਅਸੀਂ ਪ੍ਰਾਈਵੇਟ ਕਾਲਜ ਨਹੀਂ ਜਾਣਾ। ਜਿਹੜੇ ਕਾਲਜ ਅਸੀਂ ਭੇਜਿਆ ਉਹ ਕਾਲਜ ਦੇ ਵਿੱਚ ਇਹਨਾਂ ਨੇ ਐਡਮਿਸ਼ਨ ਨਹੀਂ ਲਿੱਤੀ, ਉੱਥੇ ਸਟੱਡੀ ਨਹੀਂ ਕੀਤੀ, ਇਹਨਾਂ ਨੇ ਆਪਣੀ ਮਰਜ਼ੀ ਨਾਲ ਉੱਥੇ ਪਬਲਿਕ ਕਾਲਜ। ਇਹ ਨਹੀਂ ਗੱਲ ਕਹੀ ਅਸੀਂ ਤਾਂ, ਆਖੇ ਵੀ ਜਿਹੜੀ ਤੁਹਾਡੀ ਬਣਦੀ ਫੀਸ ਆ ਉਹ ਕੱਟ ਲਓ, ਦੂਜੀ ਸਾਡੀ ਰਕਮ ਵਾਪਸ ਕੀਤੀ ਜਾਵੇ। ਇਹਦਾ ਫੋਨ ਆਉਂਦਾ ਵੀ ਖਾਤਾ ਨੰਬਰ ਦਿਓ, ਤੁਹਾਡੇ ਖਾਤੇ 'ਚ ਪੈਸੇ ਪਾਉਣੇ ਆ। ਕਿੰਨੇ ਪੈਸੇ ਪਾਉਣ ਦੀ ਗੱਲ ਕੀਤੀ? 7,60,000 ਦੀ ਕਰੀ ਹੈ, ਸਾਡੇ ਕੋਲ ਬਕਾਇਦਾ ਰਿਕਾਰਡਿੰਗ ਆ ਜੀ। ਦੇਵ ਸਿੰਘ ਜੀ ਚੌਕੇ, ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਦਾ। ਦੇਵ ਜੀ, ਅੱਜ ਤੁਸੀਂ ਧਰਨੇ ਦੇ ਬੈਠੇ ਹੋ, ਯੂਨੀਅਨ ਦੇ ਬੰਦੇ ਆਏ ਆ, ਕੀ ਕਰਨਾ? ਅਸੀਂ ਜੀ, ਸਾਡੀ ਜਿਹੜੀ ਬੱਚੀ ਆ ਉਹ ਕੈਨੇਡਾ ਦੇ ਵਿੱਚ ਗਈ ਸੀ, ਉਹਦੇ ਮਤਲਬ ਕਿ ਜਿਹੜੇ ਪੈਸੇ ਨੇ ਉਹਦੇ ਖਾਤਰ ਅਸੀਂ ਆਏ ਹੋਏ ਹਾਂ। ਪਹਿਲਾਂ ਵੀ ਅਸੀਂ ਲੜ ਕੇ ਮਤਲਬ ਕਿ ਇਹਨਾਂ ਤੋਂ ਪੈਸੇ ਲੈਤੇ ਹੋਏ ਆ ਜੀ। ਅੱਛਾ ਜੀ, ਸੰਘਰਸ਼ ਰਾਹੀਂ ਜੀ। ਜੀ ਨਹੀਂ, ਹੁਣ ਕੀ ਚਾਹੁੰਦੇ ਕਿ ਉਹ ਕਹਿੰਦੇ ਕਿ ਤੁਸੀਂ ਜਿਹੜੇ ਪੈਸੇ ਉਹ ਕਹਿ ਰਹੇ ਕਿ 2.5 ਲੱਖ ਲੈ ਕੱਟ ਲਓ ਆਪਣਾ, ਬਾਕੀ ਸਾਨੂੰ ਦੇ ਦਿਓ। ਨਹੀਂ ਨਹੀਂ, ਅਸੀਂ ਇਹ ਨਹੀਂ ਗੱਲ ਕਹੀ, ਅਸੀਂ ਤਾਂ ਆਖਿਆ ਵੀ ਜਿਹੜੀ ਤੁਹਾਡੀ ਬਣਦੀ ਫੀਸ ਆ ਉਹ ਕੱਟ ਲਓ, ਦੂਜੀ ਸਾਡੀ ਰਕਮ ਵਾਪਸ ਕੀਤੀ ਜਾਵੇ ਜੀ। ਹੁਣ ਇਹ ਮਸਲੇ ਦਾ ਹੱਲ ਕਿੱਦਾਂ ਹੋਊਗਾ? ਉਹ ਕਹਿੰਦੇ ਅਸੀਂ ਸਹੀ ਹਾਂ ਕਿ ਤੁਸੀਂ ਗਲਤ ਹੋ, ਤੁਸੀਂ ਕਹਿੰਦੇ ਉਹ ਗਲਤ ਹੈ, ਅਸੀਂ ਸਹੀ ਹਾਂ, ਕਿੱਦਾਂ ਹੱਲ ਹੋਊਗਾ? ਹੱਲ ਤਾਂ ਜੀ ਇਹ ਦੇਖੋ ਸਰ, ਦੋਨਾਂ ਧਿਰਾਂ ਦੇ ਉਹ ਬਣਾ ਲੈਣ ਜੀ, ਡਾਕੂਮੈਂਟ ਕਢਾ ਲੈਣ, ਸਾਡੇ ਕੋਲ ਉਹ ਪਈ ਆ ਸਾਰੇ ਰਿਕਾਰਡ ਜੀ। ਅੱਜ ਸਵੇਰੇ ਇਹਦਾ ਫੋਨ ਆਉਂਦਾ ਵੀ ਖਾਤਾ ਨੰਬਰ ਦਿਓ, ਤੁਹਾਡੇ ਖਾਤੇ 'ਚ ਪੈਸੇ ਪਾਉਣੇ ਆ। ਕਿੰਨੇ ਪੈਸੇ ਪਾਉਣ ਦੀ ਗੱਲ ਕੀਤੀ? 7,60,000 ਦੀ ਕਰੀ ਹੈ, ਸਾਡੇ ਕੋਲ ਬਕਾਇਦਾ ਰਿਕਾਰਡਿੰਗ ਆ ਜੀ। ਰਿਕਾਰਡਿੰਗ ਹੈ? ਹਾਂਜੀ। ਅੱਛਾ ਜੀ, ਅਤੇ ਹੁਣ ਪ੍ਰਸ਼ਾਸਨ ਕੀ ਕਹਿ ਰਹੇ ਆ? ਪ੍ਰਸ਼ਾਸਨ ਜਦੋਂ ਆਇਆ, ਅਸੀਂ ਮਤਲਬ ਕਿ ਜਿਹੜੀ ਰਿਟਰਨ 'ਚ ਤੁਸੀਂ ਕਹਿੰਦੇ ਕੰਪਲੇਂਟ, ਅਸੀਂ ਜਾਂਦੇ ਸੀ, ਸਾਨੂੰ ਅਧਿਕਾਰੀਆਂ ਨੇ ਰੋਕਿਆ, ਕਹਿੰਦੇ ਵੀ SHO ਸਾਹਿਬ ਇੱਥੇ ਆ ਰਹੇ ਆ, ਅਸੀਂ ਆਉਣ ਸਾਰ ਕੰਪਲੇਂਟ ਹੀ ਲਿਖਾਉਣ ਜਾਂਦੇ ਸੀ, ਅਸੀਂ ਰੋਜ਼ ਹੀ ਸੰਘਰਸ਼ਾਂ 'ਚ ਰਹਿੰਦੇ ਹਾਂ ਜੀ। ਅੱਛਾ ਜੀ, ਸਾਨੂੰ ਉਹੋ ਜਿਹੇ ਤਜਰਬੇ ਨੇ, ਕਾਨੂੰਨ ਆ ਜਿਹੜੇ ਆਪਾਂ ਕਾਨੂੰਨ ਨੂੰ ਕਿਉਂ ਹੱਥ 'ਚ ਲੈਣਾ ਜੀ, ਸਾਨੂੰ ਅਧਿਕਾਰੀਆਂ ਵੱਲੋਂ ਹੀ ਰੋਕਿਆ ਗਿਆ ਜੀ। ਅਤੇ ਹੁਣ ਜੇ ਨਹੀਂ ਕੋਈ ਮਸਲੇ ਦਾ ਹੱਲ ਹੋਊਗਾ ਫਿਰ ਇੱਥੇ ਮੋਰਚਾ ਲੱਗੂਗਾ? ਹਾਂ, ਮੋਰਚਾ ਲੱਗੂਗਾ ਜੀ। ਹਾਂਜੀ ਹਾਂਜੀ। ਕਿੰਨੇ ਕੁ ਲੋਕ ਆਏ ਆ ਤੁਹਾਡੇ ਨਾਲ? ਅੱਜ ਸਾਡੇ ਨਾਲ 35 ਤੋਂ 40 ਜਣੇ ਆਏ ਆ ਜੀ, ਸਮੇਤ ਔਰਤ ਭੈਣਾਂ ਆਈਆਂ ਨੇ ਜੀ। ਹਾਂਜੀ, ਅਤੇ ਉਹ ਕਹਿੰਦੇ ਕਿ ਤੁਸੀਂ ਇਹ ਵੀ ਕਿਹਾ ਕਿ ਸਾਡੇ ਜਿਹੜਾ ਸਟਾਫ ਉਹਨਾਂ ਨੂੰ ਥੱਲੇ ਨਹੀਂ ਉਤਰਨ ਦੇਵਾਂਗੇ, ਜਾਣ ਨਹੀਂ ਦੇਵਾਂਗੇ? ਇੱਦਾਂ ਦੀ ਗੱਲ ਹੋਈ ਹੈ? ਨਹੀਂ ਜੀ, ਇਕੱਲੇ ਮਤਲਬ ਕਿ ਉਸੇ ਨਾਲ ਆ ਜੀ, ਓਨਰ ਨਾਲ, ਮਰਦ ਨਾਲ, ਸਾਡੀਆਂ ਧੀਆਂ ਭੈਣਾਂ ਉਹ ਸਾਡੇ ਨਾਲ ਕੋਈ ਨਹੀਂ, ਸਾਡੀਆਂ ਧੀਆਂ ਨੇ ਜੀ, ਉਹ ਸਾਡੀਆਂ ਬੱਚੀਆਂ ਨੇ। ਠੀਕ ਹੈ। ਹਾਂਜੀ ਹਾਂਜੀ, ਓਨਰ ਨੂੰ ਜਾਣ ਦੇਵਾਂਗੇ। ਹਾਂਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅਮਨਦੀਪ ਸਿੰਘ, ਪਿੰਡ ਚੌਕੇ ਇਕਾਈ ਪ੍ਰਧਾਨ ਚੌਕੇ। ਲੁਧਿਆਣੇ ਆਏ ਹੋ, ਇਮੀਗ੍ਰੇਸ਼ਨ ਦੇ ਬਾਹਰ ਧਰਨਾ ਲਾਇਆ, ਕੀ ਕਾਰਨ? ਇਹ ਜੀ, ਜਿਹੜਾ ਇਮੀਗ੍ਰੇਸ਼ਨ ਵਾਲੇ ਇੱਥੋਂ ਦੇ ਏਜੰਟ ਹੈ, ਇਹਨਾਂ ਨਾਲ ਪਿਛਲੇ 5-6 ਮਹੀਨੇ ਤੋਂ ਸਾਡੀ ਗੱਲਬਾਤ ਚੱਲ ਰਹੀ ਹੈ। ਇੱਥੋਂ ਮੰਨ ਕੇ ਇਹਨਾਂ ਨੇ ਇੱਕ ਬੱਚੀ ਦਾ ਵੀਜ਼ਾ ਲਵਾਇਆ ਸੀਗਾ, ਉਸ ਦੀ ਜਿਹੜੀ ਫੀਸ ਹੁੰਦੀ ਹੈ ਉਹ ਫੀਸ ਨਹੀਂ ਇਹਨਾਂ ਨੇ ਪ੍ਰੋਪਰ ਉੱਥੇ ਭੇਜੀ। ਅਤੇ ਉੱਥੇ ਜਦੋਂ ਬੱਚੀ ਨੇ ਮਤਲਬ ਕਾਲਜ ਦੇ ਵਿੱਚ ਉਹ ਫੀਸ ਬਾਰੇ ਗੱਲਬਾਤ ਪਤਾ ਕਰੀ ਤਾਂ ਉਹ ਕਹਿੰਦੇ ਤੁਹਾਡੀ ਕਿਸੇ ਨੇ ਇੱਥੇ ਫੀਸ ਨਹੀਂ ਭਰੀ। ਕਿਹੜੀ ਕੰਟਰੀ ਗਈ ਕੁੜੀ? ਉਹ ਕੈਨੇਡਾ ਦੇ ਵਿੱਚ ਗਏ ਹੈ ਜੀ। ਅੱਛਾ ਜੀ, ਤੁਸੀਂ ਕਿੰਨੇ ਟੋਟਲ ਇਹਨਾਂ ਨੂੰ ਪੈਸੇ ਦਿੱਤੇ ਸੀ? ਅਸੀਂ 20 ਲੱਖ ਰੁਪਇਆ, 20.5 ਲੱਖ ਰੁਪਏ ਇਹਨਾਂ ਨੂੰ ਦਿੱਤਾ। ਅੱਛਾ ਜੀ, 20.5 ਲੱਖ ਦੇ ਵਿੱਚੋਂ ਜਿਹੜਾ ਰਿਫੰਡ ਆਉਂਦਾ ਹੁੰਦਾ ਨਾ ਤਾਂ ਇਹਨਾਂ ਨੇ ਉਹ ਰਿਫੰਡ ਵਾਪਸ ਕੀਤਾ ਸਾਡਾ, ਅਤੇ ਨਾ ਸਾਡੀ GST ਖਾ ਗਏ ਵਿੱਚੋਂ, ਅਤੇ ਜਿਹੜੇ ਹੋਰ ਜਿਹੜੇ ਦੂਜੇ ਹੈਗੇ ਆ ਫੀਸਾਂ ਵਗੈਰਾ ਹੈਗੀਆਂ ਨੇ ਉਹ ਸਾਰੀਆਂ ਮਤਲਬ ਇਹਨਾਂ ਨੇ ਕੁਛ ਵੀ ਉਹਦੇ ਖਾਤੇ ਵਿੱਚ ਨਹੀਂ ਪਾਇਆ। ਪਰ ਜਿਹੜੇ ਇਮੀਗ੍ਰੇਸ਼ਨ ਦਾ ਮਾਲਕ ਹੈ ਉਹ ਕਹਿੰਦਾ ਤੁਸੀਂ ਦਿੱਤਾ 17.5 ਲੱਖ ਰੁਪਏ ਦਿੱਤਾ? ਨਹੀਂ, ਉਹ ਅਕਾਊਂਟ ਚੈੱਕ ਕਰ ਲੈਣ ਜੀ, ਖਾਤਾ ਚੈੱਕ ਕਰਨਾ, ਸਾਡੇ ਕੋਲ ਵਾਇਸ ਪ੍ਰੂਫ ਨੇ ਸਾਰਾ, ਸਾਡੇ ਕੋਲ ਇਹਨਾਂ ਦੀਆਂ ਇੱਥੋਂ ਤੱਕ ਨੇ ਵੀ ਰਿਕਾਰਡ ਹੋਣੇ। ਅੱਜ ਜਦੋਂ ਅਸੀਂ ਸੁਬਾਹ ਇਹਨਾਂ ਨਾਲ ਗੱਲਬਾਤ ਕੀਤੀ, ਸਾਨੂੰ ਇਹਨਾਂ ਨੇ ਦਿਨ ਦਿੱਤਾ ਸੀਗਾ, ਸਾਥੋਂ ਪਿਛਲੀ ਵਾਰੀ ਤੁਸੀਂ ਮਿਲਿਆ ਸਾਨੂੰ ਕਹਿੰਦੇ 2 ਦਿਨ ਦੇ ਦਿਓ, ਅਸੀਂ ਉਸ ਤੋਂ ਅੱਜ 9 ਦਿਨਾਂ ਬਾਅਦ ਇੱਥੇ ਆਏ ਹਾਂ। ਅੱਛਾ,
ਜਦੋਂ ਸਾਡੇ ਨੇ ਕੋਈ ਗੱਲਬਾਤ ਨਾ ਸੁਣੀ ਕੱਲ੍ਹ ਸ਼ਾਮ ਨੂੰ ਅਸੀਂ ਇਹਨਾਂ ਨੂੰ ਕਿਹਾ ਵੀ ਅਸੀਂ ਫਿਰ ਆ ਕੇ ਵੀ ਧਰਨਾ ਦੇਵਾਂਗੇ। ਉਹ ਕਹਿੰਦੇ ਕਿ ਤੁਸੀਂ ਧਰਨਾ ਲਾ ਤਾ ਇੱਥੇ, ਤੁਸੀਂ ਕਹਿ ਰਹੇ ਹੋ ਕਿ 2.5 ਲੱਖ ਰੁਪਈਆ ਤੁਸੀਂ ਰੱਖ ਲਓ, ਇਮੀਗ੍ਰੇਸ਼ਨ ਵਾਲਿਆਂ ਦਾ ਕਹਿਣਾ ਕਿ ਬਾਕੀ ਸਾਡੇ ਪੈਸੇ ਵਾਪਸ ਦੇ। ਵੀ ਉਹਨਾਂ ਨੂੰ ਕਿਹਾ, ਉਹ ਕਹਿੰਦੇ ਵੀ ਜਿਹੜਾ ਸਾਡੀ ਫੀਸ ਬਣਦੀ ਆ, ਅਸੀਂ ਕਿਹਾ ਵੀ ਜਿਹੜੀ GGIC ਫੀਸ ਹੈਗੀ, ਜਿਹੜਾ ਕੋਈ ਹੋਰ ਉਹਦੇ ਕੁੜੀ ਦੇ ਆਪਾਂ ਅਕਾਊਂਟ ਦੇ ਵਿੱਚ ਪਾਉਣੇ ਆ ਜਾਂ ਸਾਡਾ ਰਿਫੰਡ ਆ ਜਿੰਨਾ ਵੀ ਆਉਣਾ ਉਹ ਸਾਡਾ ਵਾਪਸ ਕਰੋ। ਉਹ ਕਹਿੰਦੇ ਕੁੜੀ ਨੇ ਆਪਣੀ ਮਰਜ਼ੀ ਨਾਲ ਕਾਲਜ ਚੇਂਜ ਕੀਤਾ ਵਾ। ਨਹੀਂ ਉਹਦਾ ਇਹਨਾਂ ਨੇ ਕਾਲਜ ਪਹਿਲਾਂ ਗਲਤ ਇੱਥੋਂ ਜਾਣਕਾਰੀ ਦਿੱਤੀ ਹੈ ਜੀ ਇਹਨਾਂ ਨੇ, ਆਪਣੇ ਉੱਧਰ ਲੋਕਲ ਬੰਦਿਆਂ ਦੀ ਆਪ ਹੀ ਕਾਲਜ ਬਣਵਾ ਲੈਂਦੇ ਨੇ ਇਹ। ਤੁਸੀਂ ਆਮ ਹੀ ਆਪਣੇ ਗੱਲਾਂ ਸਾਡੇ ਹਰ ਰੋਜ਼ ਏਜੰਟਾਂ ਦੇ ਨਾਲ ਹੀ ਇਹ ਆ ਵੀ ਇਹਨਾਂ ਦਾ ਆਪਦਾ ਕੋਈ ਆਪ ਹੀ ਕਾਲਜ ਬਣਾ ਕੇ ਉੱਥੇ ਜਾਲੀ ਕੰਮ ਕਰਾਉਂਦੇ ਆ। ਇਹਨਾਂ ਨੇ ਇੱਥੋਂ ਵੀ ਜਿਹੜੇ ਮਤਲਬ GIC ਦੇ ਕਾਗਜ਼ ਜਾਲੀ ਪਾਏ ਨੇ। ਉਹ ਕਹਿੰਦੇ ਅਸੀਂ ਇੱਕ ਸਮੈਸਟਰ ਦੀ ਫੀਸ ਤਾਂ ਅਸੀਂ ਆਪ ਜਮ੍ਹਾਂ ਕਰਾਈ ਸਾਡੇ ਪੰਜ। ਨਹੀਂ ਉਹ ਵੀ ਅਸੀਂ ਇੱਥੇ ਕਰਵਾ ਕੇ ਗਏ ਜੀ ਉਹਦੇ। ਉਹ ਕਹਿੰਦੇ ਅਸੀਂ ਜਮ੍ਹਾਂ ਕਰਾਈ ਸਾਡੇ ਪੰਜ। ਅਸੀਂ ਲੜ ਕੇ ਇੱਥੇ ਜੀ ਇਹਨਾਂ ਨਾਲ ਜਦੋਂ ਸਾਰੀ ਗੱਲਬਾਤ ਉਹਨਾਂ ਨੇ ਆਖਿਆ ਵੀ ਹੁਣ ਅਸੀਂ ਕਿਸੇ ਰਾਹ ਨਿਕਲੀਏ, 5.5 ਲੱਖ ਰੁਪਏ ਉਹਦੇ ਮੰਨੇ ਆ ਸਾਡੇ ਕੋਲੇ, ਉਹ ਇਹਨਾਂ ਨੇ ਜਮ੍ਹਾਂ ਕਰਾਈ, ਅਸੀਂ ਉਸ ਗੱਲ ਤੋਂ ਮੁੱਕ ਰਹੇ ਸੀ। ਉਹ ਵੀ ਕਿਹਾ ਵੀ ਤੁਸੀਂ ਉਹ ਕੱਟੋ। ਨਹੀਂ ਹੁਣ ਹੁਣ ਚਾਹੁੰਦੇ ਕਿ ਉਹ ਹੋਣਾ ਕੀ ਚਾਹੀਦਾ ਜਿਹੜਾ ਸਾਡਾ 12-13 ਲੱਖ ਰੁਪਏ ਬਚਦਾ ਜੀ ਸਾਡੇ ਪੈਸੇ ਵਾਪਸ ਕਰਨ। ਮਤਲਬ ਤੁਸੀਂ ਕਿੰਨੇ ਟੋਟਲ ਪੈਸੇ ਕਿੰਨੇ ਦਿੱਤੇ ਆ? ਅਸੀਂ 20.5 ਲੱਖ ਰੁਪਏ ਦਿੱਤੇ। ਮਤਲਬ ਤੁਸੀਂ ਕਹਿ ਰਹੇ ਹੋ ਕਿ 20.5 ਲੱਖ ਦੇ ਵਿੱਚੋਂ ਇਹਨਾਂ ਨੇ 5.5 ਲੱਖ ਰੁਪਏ ਜਿਹੜਾ ਮਤਲਬ ਇਹਨਾਂ ਨੇ ਉਹ ਜੇ ਦੁਬਾਰੇ ਰਿਫੰਡ ਕੀਤਾ ਜੀ, ਅਤੇ 2.5 ਲੱਖ ਰੁਪਏ ਅਸੀਂ ਇਹਨਾਂ ਨੂੰ ਉਹ ਵੀ ਛੱਡਿਆ ਜਿਹੜੇ ਕਹਿੰਦੇ ਵੀ ਅਸੀਂ ਫ੍ਰੀ ਦੇ ਵਿੱਚ ਕਿਵੇਂ ਭੇਜ ਦਈਏ। ਅੱਛਾ ਜੀ। ਅਸੀਂ ਕਿਹਾ ਵੀ ਆਮ ਏਜੰਟ ਕੋਈ 70-80 ਲੱਖ ਰੁਪਏ ਫੀਸ ਲੈਂਦਾ, ਅਸੀਂ 2.5 ਲੱਖ ਛੱਡ ਰਹੇ ਹਾਂ। ਉਹ ਕਹਿੰਦੇ ਕਿ 2.5 ਲੱਖ ਰੁਪਏ 'ਚ ਕੁੜੀ ਕੈਨੇਡਾ ਕਿੱਦਾਂ ਚੱਲ ਜੂਗੀ, ਕੋਈ ਭੇਜ ਕੇ ਦਿਖਾ? ਨਹੀਂ, ਇਹਨਾਂ ਨੇ ਆਪਦੀ ਫੀਸ ਕੱਟਣ ਜੀ। ਅਸੀਂ ਤਾਂ ਕਹਿੰਦੇ ਵੀ ਸਾਡਾ 20 ਲੱਖ ਪੂਰਾ ਕਰ ਦੇਣਾ, ਸਾਨੂੰ ਦੱਸ ਦੇਣਾ ਵੀ ਅਸੀਂ ਤੁਹਾਡੇ ਆਪ ਖਾਤੇ 'ਚ ਇੱਥੇ ਖਰਚ ਹੋ ਗਿਆ। ਚਾਹੁੰਦੇ ਹੋ ਕਿ 20 ਲੱਖ ਰੁਪਏ ਦਾ ਤੁਹਾਨੂੂੰ ਪੂਰਾ ਬਾਇਓਡਾਟਾ ਦਿੱਤਾ? ਬਾਇਓਡਾਟਾ ਦੇ ਦੇਣਾ। 20 ਲੱਖ ਲੱਗਿਆ ਕਿੱਥੇ ਆ? ਹਾਂ, ਸਾਨੂੰ ਦੇ ਦੇਣਾ ਜੀ ਬਾਇਓਡਾਟਾ ਦੇ ਦੇਣਾ। GIC ਦੱਸ ਦੇਣਾ ਵੀ ਕਿੱਥੇ ਆ। ਇਹ ਤਾਂ ਆਮ ਆਪਣੇ ਆਮ ਲੋਕਲ ਬੰਦੇ ਨੂੰ ਵੀ ਇਹ ਗੱਲਾਂ ਦਾ ਪਤਾ ਨਾ ਵੀ ਫੀਸਾਂ ਰਿਫੰਡ ਹੁੰਦੀਆਂ ਨੇ, ਉੱਥੇ ਮਹੀਨੇ ਦੇ ਮਹੀਨੇ ਬੱਚੇ ਨੂੰ ਖਾਣ ਪੀਣ ਦੇ ਪੈਸੇ ਮਿਲਣੇ ਨੇ, ਉਹ ਕੁਛ ਵੀ ਨਹੀਂ ਮਿਲ ਰਿਹਾ। ਇਹ ਹੁਣ ਤੁਸੀਂ ਕੰਪਲੇਂਟ ਦਿੱਤੀ ਰਿਟਰਨ 'ਚ? ਹਾਂਜੀ, ਅਸੀਂ ਪ੍ਰਸ਼ਾਸਨ ਇੱਥੇ ਪਹੁੰਚਿਆ ਸੀਗਾ, ਪ੍ਰਸ਼ਾਸਨ ਨੂੰ ਅਸੀਂ ਰਿਟਰਨ 'ਚ ਕੰਪਲੇਂਟ ਦਿੱਤੀ ਹੋਈ ਹੈ। ਪਰ SHO ਦਾ ਕਹਿਣਾ ਕਿ ਤੁਸੀਂ ਰਿਟਰਨ 'ਚ ਕੋਈ ਕੰਪਲੇਂਟ ਹੀ ਨਹੀਂ ਦਿੱਤੀ? ਨਹੀਂ, ਸਾਨੂੰ ਇਹ ਪਹਿਲਾਂ ਕਹਿ ਰਹੇ ਨੇ, ਸਾਨੂੰ ਇਹ ਕਹਿ ਰਹੇ ਵੀ ਅੱਜ ਸਾਨੂੰ ਇਹਨਾਂ ਨੇ ਇਹ ਗੱਲ ਦਾ ਭਰੋਸਾ ਦਿੱਤਾ, ਸਾਡੇ ਕੋਲ ਆਉਣ ਰਿਕਾਰਡ ਪਏ ਜੀ ਇਹਨਾਂ ਦੀ ਗੱਲਾਂ। ਕਹਿੰਦੇ ਵੀ ਤੁਸੀਂ ਸਾਨੂੂੰ ਖਾਤਾ ਭੇਜ ਦਿਓ, ਤੁਹਾਡੇ 20 ਮਿੰਟਾਂ ਦੇ ਵਿੱਚ ਪੈਸੇ ਭੇਜ ਦਿਆਂਗੇ। ਇਸ ਤੋਂ ਵੀ 15 ਦਿਨ ਪਹਿਲਾਂ ਸਾਨੂੰ ਕਿਹਾ ਵੀ ਬੈਂਕ ਦੇ ਵਿੱਚ ਤੁਸੀਂ ਜਾ ਕੇ ਚੈੱਕ ਕਰਾਓ, ਅਸੀਂ ਤੁਹਾਡੇ ਪੈਸੇ ਪਾਤੇ। ਨਹੀਂ, SHO ਨਾਲ ਗੱਲ ਹੋਈ ਹੈ ਮੇਰੀ, ਉਹ ਕਹਿੰਦੇ ਕਿਸਾਨ ਜਥੇਬੰਦੀਆਂ ਜਿਹੜੀ ਧਰਨੇ 'ਤੇ ਬੈਠੀਆਂ ਉਹਨਾਂ ਨੇ ਰਿਟਰਨ 'ਚ ਕੰਪਲੇਂਟ ਨਹੀਂ ਦਿੱਤੀ, ਕਹਿੰਦੇ ਆਪਣੀ ਜਥੇਬੰਦੀਆਂ ਨਾਲ ਗੱਲ ਕਰਕੇ ਫਿਰ ਦੇਵਾਂਗੇ। ਨਹੀਂ ਸਰ, ਰਿਟਰਨ 'ਚ ਕੰਪਲੇਂਟ ਤਾਂ ਅਸੀਂ ਤਾਂ ਇਸ ਮਕਸਦ 'ਚ ਨਹੀਂ ਆਏ ਸੀਗੇ, ਸਾਨੂੰ ਇਹਨਾਂ ਨੇ ਕਿਹਾ ਵੀ ਅੱਜ ਤੁਹਾਨੂੰ ਪੈਸੇ ਦੇ ਦਿਆਂਗੇ, ਤੁਹਾਨੂੰ ਖਾਤੇ ਦੇ ਵਿੱਚ ਅਸੀਂ ਪੈਸੇ ਪਾਵਾਂਗੇ ਜਦੋਂ ਆਪਣਾ ਸਮਝੌਤਾ ਹੋ ਗਿਆ। ਇਹ ਸਮਝੌਤੇ ਤੋਂ ਭੱਜ ਰਹੇ ਆ ਅੱਜ, ਅਸੀਂ ਜਦੋਂ ਸਾਡੇ ਸਮਝੌਤੇ ਤੋਂ ਭੱਜ ਗਏ ਅਸੀਂ ਰਿਟਰਨ ਦੇ ਵਿੱਚ ਕੰਪਲੇਂਟ ਦੇਤੀ ਨਾਲ ਦੀ। ਕੰਪਲੇਂਟ ਦੇਤੀ? ਹਾਂਜੀ ਦੇਤੀ। ਠੀਕ ਹੈ ਜੀ। ਮਤਲਬ ਬਾਕੀ ਸਾਰੇ ਜਿਹੜੇ ਇਮੀਗ੍ਰੇਸ਼ਨ ਵਾਲੇ ਉੱਪਰ ਬੈਠੇ ਆ ਮਾਲਕ, ਉਹ ਕਹਿੰਦੇ ਅਸੀਂ ਵੀ ਕੰਪਲੇਂਟ ਦੇਵਾਂਗੇ ਤੁਸੀਂ ਸਾਡੇ ਸਟਾਫ ਨਾਲ ਧੱਕਾ ਕੀਤਾ, ਬਦਤਮੀਜ਼ੀ ਕੀਤੀ ਹੈ। ਨਹੀਂ, ਸਾਡੇ ਨਾਲ ਇੱਥੇ ਜਿਹੜੀਆਂ ਸਾਡੀਆਂ ਭੈਣਾਂ ਇੱਥੇ ਕੰਮ ਕਰਦੀਆਂ ਸੀ, ਸਾਡੇ ਨਾਲ ਔਰਤਾਂ ਨੇ ਤਕਰੀਬਨ 10-12 ਔਰਤਾਂ ਸਾਡੇ ਨਾਲ ਨੇ, ਅਸੀਂ ਆਪ ਦਫ਼ਤਰ ਦੇ ਵਿੱਚ ਨਹੀਂ ਬੈਠੇ, ਉਹਨਾਂ ਭੈਣਾਂ ਕੋਲ ਅਸੀਂ ਆਪਦੀਆਂ ਭੈਣਾਂ ਵਾਹੀਆਂ ਵੀ ਜਿੰਨਾ ਚਿਰ ਤੁਹਾਡਾ ਆਪਣਾ ਸਾਹਬ ਨਹੀਂ ਆਉਂਦਾ, ਓਨਰ ਨਹੀਂ ਆਉਂਦਾ, ਅਸੀਂ ਉਹਨਾਂ ਚਿਰ ਤੁਹਾਨੂੰ ਨਹੀਂ ਛੱਡ ਸਕਦੇ। ਜਦੋਂ ਓਨਰ ਆ ਗਿਆ ਅਸੀਂ ਕੁੜੀਆਂ ਨੂੰ ਕਿਹਾ ਵੀ ਤੁਸੀਂ ਘਰੋਂ ਕਰੀ ਜਾਓ, ਸਾਡਾ ਕੁੜੀਆਂ ਨਾਲ ਕੋਈ ਰੌਲਾ ਹੀ ਨਹੀਂ, ਨਾ ਹੀ ਅਸੀਂ ਕਿਸੇ ਨੂੰ ਤੰਗ ਪਰੇਸ਼ਾਨ ਕੀਤਾ ਵੀ ਆਪਦੇ ਕੈਮਰੇ ਕਢਾ ਦੇਣਾ, ਅਸੀਂ ਕੋਈ ਉੱਥੇ ਫੁੱਲ ਵੀ ਤੋੜਿਆ ਹੋਵੇ ਨਾ ਦਫ਼ਤਰ ਦਾ। ਠੀਕ ਹੈ, ਤੁਸੀਂ ਬੋਲੋਗੇ ਜੀ? ਸਰ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਸਰ ਹਰਜੀਤ ਸਿੰਘ ਹੈ ਜੀ। ਹਰਜੀਤ ਜੀ, ਤੁਹਾਡੇ ਇਮੀਗ੍ਰੇਸ਼ਨ ਦੇ ਬਾਹਰ ਧਰਨਾ ਲਾਇਆ ਕਿਸਾਨਾਂ ਨੇ, ਕਹਿੰਦੇ ਕਿ ਤੁਹਾਡੀ ਤੁਸੀਂ ਉਹਨਾਂ ਦੀ ਕੁੜੀ ਨੂੰ ਬਾਹਰ ਭੇਜਿਆ ਕੈਨੇਡਾ। ਹਾਂਜੀ। ਅਤੇ ਕੋਈ ਪੈਸੇ ਵਾਪਸ ਕਰਨੇ ਸੀ ਉਹ ਤੁਸੀਂ ਦੇ ਨਹੀਂ ਰਹੇ, ਇਸ ਕਰਕੇ ਕਿਸਾਨਾਂ ਨੇ ਬਾਹਰ ਘੇਰਾ ਪਾਇਆ। ਸਰ ਜੀ, ਅਸੀਂ ਦੇਖੋ ਕੁੜੀ ਨੂੰ ਕੈਨੇਡਾ ਭੇਜਿਆ ਜੀ, ਕੈਨੇਡਾ ਭੇਜ ਕੇ ਅਸੀਂ ਇਹਨਾਂ ਨੇ ਸਾਨੂੰ ਕਿਹਾ ਜੀ ਪ੍ਰਾਈਵੇਟ ਕਾਲਜ ਦੇ ਵਿੱਚ ਅਸੀਂ ਐਡਮਿਸ਼ਨ ਕਰਾਈ ਇਹਨਾਂ ਦੀ, ਬਟ ਇਹਨਾਂ ਨੇ ਜਦੋਂ ਵੀਜ਼ਾ ਆ ਗਿਆ ਇਹਨਾਂ ਦਾ ਉਦੋਂ ਸਾਨੂੰ ਕਹਿੰਦੇ ਪਏ ਕਿ ਅਸੀਂ ਪ੍ਰਾਈਵੇਟ ਕਾਲਜ ਨਹੀਂ ਜਾਣਾ, ਜਦੋਂ ਸਾਰੀ ਗੱਲ ਉਹ ਪੈਸੇ ਦੀ ਵੀ ਡੀਲ ਡਨ ਹੋ ਗਈ। ਹੁਣ ਉੱਥੇ ਜਾ ਕੇ ਇਹਨਾਂ ਨੇ ਜਿਹੜੇ ਕਾਲਜ ਅਸੀਂ ਭੇਜਿਆ ਉਹ ਕਾਲਜ ਦੇ ਵਿੱਚ ਇਹਨਾਂ ਨੇ ਐਡਮਿਸ਼ਨ ਨਹੀਂ ਲਿੱਤੀ, ਉੱਥੇ ਸਟੱਡੀ ਨਹੀਂ ਕੀਤੀ, ਇਹਨਾਂ ਨੇ ਆਪਣੀ ਮਰਜ਼ੀ ਨਾਲ ਉੱਥੇ ਪਬਲਿਕ ਕਾਲਜ ਲੈ ਲਿਆ ਜੀ, ਉਹਦੇ ਵਿੱਚ ਪੜ੍ਹਦੇ ਪਏ ਆ। ਸਾਨੂੰ ਕਹਿੰਦੇ ਪਏ ਜੀ ਫੀਸ ਸਾਡੀ ਰਿਫੰਡ ਕਰਵਾਓ।
ਇਹਦੇ ਕਰਕੇ ਅਸੀਂ ਇਹਨਾਂ ਨੂੰ ਕਲੀਅਰ ਕਰਤਾ ਕਿ ਉਹਦੀ ਰਿਫੰਡ ਫੀਸ ਨਹੀਂ ਹੁੰਦੀ। ਅਸੀਂ ਪਹਿਲੇ ਦਿਨ ਤੋਂ ਹੀ ਇਹ ਚੀਜ਼ ਮੈਂਸ਼ਨ ਕੀਤੀ ਹੋਈ ਸੀ। ਬਾਕੀ ਅਸੀਂ ਜਿੰਨੇ ਪੈਸੇ ਇਹਨਾਂ ਨਾਲ ਕੀਤੇ ਸੀਗੇ ਸਾਨੂੰ ਉਹਦੇ ਵਿੱਚੋਂ 6 ਲੱਖ ਰੁਪਈਆ ਘੱਟ ਦੇ ਕੇ ਗਏ ਆ ਅਤੇ ਸਾਡੇ ਤੋਂ GIC ਮੰਗ ਰਹੇ ਆ। ਜਿਹੜੀ ਅਮਾਊਂਟ ਸਾਨੂੰ ਆਈ ਨਹੀਂ ਅਸੀਂ ਉਹ ਅਮਾਊਂਟ ਕਿਵੇਂ ਪੇ ਕਰ ਦਈਏ ਜੀ ਉਹਨਾਂ? ਉਹ ਕਹਿ ਰਹੇ ਕਿ ਤੁਸੀਂ ਕਿਹਾ ਸੀ ਆਪਣਾ PNB ਦਾ ਕੋਈ ਅਕਾਊਂਟ ਦਿਓ, ਅਸੀਂ ਤੁਹਾਨੂੰ ਉਹਦੇ 'ਚ ਪੈਸੇ ਪਾ ਰਹੇ ਹਾਂ। ਸਰ ਪੈਸੇ ਅਸੀਂ ਇੱਦਾਂ ਕਿਹਾ ਸੀਗਾ ਜੀ, ਅਸੀਂ ਪੈਸੇ ਕੋਈ ਨਹੀਂ ਮੰਗੇ, ਅਸੀਂ ਆਹ ਗੱਲ ਕਹੀ ਸੀ ਇਹਨਾਂ ਦੀ। ਅਸੀਂ ਬੱਚੇ ਦੀ ਇੱਕ ਸਮੈਸਟਰ ਦੀ ਫੀਸ ਵੀ ਜਮ੍ਹਾਂ ਕਰਵਾਤੀ ਪਬਲਿਕ ਦੇ ਵਿੱਚੋਂ, ਉਹ ਸਿਰਫ ਇਹਦੇ ਲਈ ਕਿ ਇਹ ਸਾਡੇ ਕੋਲ 2-3 ਵਾਰ ਆ ਚੁੱਕੇ ਆ ਇੱਦਾਂ ਹੀ ਬੰਦੇ ਲੈ ਕੇ, ਸਾਨੂੰ ਜੀ ਧਮਕਾਉਂਦੇ ਆ, ਡਰਾਉਂਦੇ। ਸਾਡੇ ਸਟਾਫ ਨਾਲ ਵੀ ਇਹਨਾਂ ਨੇ ਬਦਤਮੀਜ਼ੀ ਕੀਤੀ ਹੈ ਜੀ। ਸਾਡੇ ਸਟਾਫ ਦੀ ਕੁੜੀ ਨੇ ਇੱਕ ਰਿਪੋਰਟ ਲੈਣ ਜਾਣਾ ਸੀਗਾ, ਉਹਨਾਂ ਨੂੰ ਵੀ ਜੀ ਰੋਕਣ ਲੱਗ ਗਏ, ਜਾਣ ਨਹੀਂ ਦਿੱਤਾ। ਹੁਣੇ ਪੁਲਿਸ ਵਾਲੇ ਵੀ ਆਏ ਸੀਗੇ, ਉਹਨਾਂ ਨੇ ਵੀ ਕਿਹਾ ਕਿ ਤੁਸੀਂ ਆਪਣਾ ਬੈਠ ਕੇ ਜੋ ਕਾਰਵਾਈ ਹੈਗੀ ਆ ਕਰ ਲਓ, ਜਿਹੜਾ ਬੰਦਾ ਗਲਤ ਹੋਊਗਾ ਅਸੀਂ ਉਹਨਾਂ ਤੋਂ ਪੈਸੇ ਦਵਾ ਦਾਂਗੇ, ਜਾਂ ਜੇ ਤੁਹਾਡੇ ਵੱਲੋਂ ਲੈਣੇ ਬਣਦੇ ਅਸੀਂ ਤੁਹਾਡੇ ਤੋਂ ਦਵਾ ਦਾਂਗੇ। ਹੁਣ ਕਿੱਦਾਂ ਹੋਊਗਾ ਮਸਲੇ ਦਾ ਹੱਲ? ਤੁਸੀਂ ਕਹਿੰਦੇ ਹੋ ਕਿ ਸਾਡੇ ਵੱਲੋਂ ਕੋਈ ਇਹਨਾਂ ਨੂੰ ਦੇਣਦਾਰੀ ਨਹੀਂ ਬਣਦੀ, ਕਹਿੰਦੇ ਅਸੀਂ ਪੈਸੇ ਲੈਣੇ ਆ, ਪੌੜੀਆਂ 'ਚ ਬੈਠੇ ਆ, ਤੁਹਾਡਾ ਦਫ਼ਤਰ ਜਿਹੜਾ ਨੀਚੇ ਘੇਰਿਆ ਹੋਇਆ, ਹਾਂਜੀ, ਕਿੱਦਾਂ ਨਿਬੜੋਗੇ? ਉਹ ਕਹਿੰਦੇ ਅਸੀਂ ਲੈਣੇ ਆ। ਅਸੀਂ ਤਾਂ ਜੀ ਪ੍ਰਸ਼ਾਸਨ ਨੂੰ ਕਹਾਂਗੇ ਜੀ ਸਾਡੀ ਹੈਲਪ ਕਰੋ, ਕਿਉਂਕਿ ਅਸੀਂ ਉਹਨਾਂ ਸਾਹਮਣੇ ਸਾਰਾ ਕੁਝ ਸਬੂਤ ਰੱਖਣ ਨੂੰ ਤਿਆਰ ਆ ਜੀ। ਹਾਂਜੀ, ਤੇ ਤੁਸੀਂ ਵੀ ਦਿੱਤੀ ਕੋਈ ਕੰਪਲੇਂਟ ਕਿ ਸਾਡੇ ਸਟਾਫ ਨੂੰ ਇਦਾਂ ਬਦਤਮੀਜ਼ੀ? ਹਾਂਜੀ ਸਰ, ਹੁਣ ਦੇਣ ਲੱਗੇ ਆ ਜੀ ਕੰਪਲੇਂਟ। ਦੋਗੇ ਤੁਸੀਂ ਵੀ? ਹਾਂਜੀ ਜ਼ਰੂਰ ਜੀ। ਤੇ ਪੁਲਿਸ ਵੀ ਮੌਕੇ ਤੇ ਆਈ ਹੈ, SHO ਦਾ ਕਹਿਣਾ ਕਿ ਕੰਪਲੇਂਟ ਦੋਗੇ, ਉਸ ਆਧਾਰ ਤੇ ਦੇਖਾਂਗੇ ਕਾਰਵਾਈ ਕਰਾਂਗੇ। SHO ਸਾਹਿਬ ਨੇ ਜੀ ਕਲੀਅਰ ਕਿਹਾ ਕਿ ਤੁਸੀਂ ਉਹਨਾਂ ਨੂੰ ਜਥੇਬੰਦੀ ਨੂੰ ਕਿਹਾ ਕਿ ਤੁਸੀਂ ਆਪਣੀ ਕੰਪਲੇਂਟ ਦਿਓ, ਸਾਡੇ ਨਾਲ ਗੱਲ ਕਰੋ। ਉਹ ਜੀ ਕਹਿੰਦੇ ਪਏ ਆ ਕਿ ਅਸੀਂ ਕੰਪਲੇਂਟ ਨਹੀਂ ਦੇਣੀ, ਸਾਨੂੰ ਤਾਂ ਪੈਸੇ ਚਾਹੀਦੇ ਆ ਜੀ, ਅਸੀਂ ਪੈਸੇ ਕਿਸ ਚੀਜ਼ ਦੇ ਦਈਏ? ਕਿੰਨੇ ਪੈਸੇ ਦੀ ਡਿਮਾਂਡ ਕਰਦੇ ਪਏ, ਕਿੰਨੇ ਪੈਸੇ? ਇਹ ਸਰ ਕਹਿੰਦੇ ਪਏ ਆ ਕਿ ਸਾਨੂੰ ਕਿ 2.5 ਲੱਖ ਰੁਪਇਆ ਤੁਸੀਂ ਕੱਟ ਲਓ ਅਤੇ ਬਾਕੀ ਸਾਨੂੰ ਪੈਸੇ ਦੇ ਦਿਓ। ਟੋਟਲ ਪੈਸੇ ਹੈ ਸਾਡੇ ਕੋਲ ਜੀ 17.5 ਲੱਖ ਰੁਪਇਆ ਆਇਆ ਜੀ। ਕਹਿੰਦੇ ਜੀ 2.5 ਲੱਖ ਸਾਨੂੰ ਕੱਟ ਕੇ ਸਾਨੂੰ ਬਾਕੀ ਪੈਸੇ ਵਾਪਸ ਦੇ ਦਿਓ। ਤੁਸੀਂ ਆਪ ਦੱਸੋ ਜੀ 2.5 ਲੱਖ ਦੇ ਵਿੱਚ ਕਿਹੜਾ ਬੱਚਾ ਜੀ ਕੈਨੇਡਾ ਜਾਂਦਾ ਅੱਜ ਦੀ ਡੇਟ ਦੇ ਵਿੱਚ? ਕੈਨੇਡਾ ਭੇਜਣ ਦੇ 17 ਲੱਖ ਰੁਪਇਆ ਲਿਆ ਸੀ? ਹਾਂਜੀ, ਇਹਦੇ ਵਿੱਚ ਹੀ ਫੀਸ ਸੀਗਾ ਜੀ, ਸਾਰਾ ਕੁਝ ਕਰਵਾਇਆ ਸੀਗਾ, ਇਹਨਾਂ ਤੋਂ ਕੋਈ ਪੈਸਾ ਨਹੀਂ ਦਿੱਤਾ ਸੀ ਅਸੀਂ ਤੇ ਸਾਨੂੰ ਪੇਮੈਂਟ ਵੀ ਘੱਟ ਦੇ ਕੇ ਗਏ ਆ। ਪਰ ਉਹ ਤਾਂ ਕਹਿ ਰਹੇ 20 ਲੱਖ ਕੁਛ ਹਜ਼ਾਰ ਰੁਪਏ ਲਏ ਸੀ ਉਹ। ਸਰ ਉਹਨਾਂ ਤੋਂ ਸਟੇਟਮੈਂਟ ਮੰਗਵਾ ਲਓ ਜੀ। ਅੱਛਾ ਜੀ, ਹਾਂਜੀ, ਜਿੰਨੀ ਅਮਾਊਂਟ ਹੈਗੀ ਇਹਨਾਂ ਤੋਂ ਸਟੇਟਮੈਂਟ ਮੰਗਵਾ ਲਓ, ਅਸੀਂ ਵੀ ਕਲੀਅਰ ਕਰ ਦਾਂਗੇ ਕਿੰਨੀ ਅਮਾਊਂਟ ਹੈ ਜੀ। ਠੀਕ ਹੈ ਸਰ। ਇੱਕ ਮਾਲ ਰੋਡ ਤੇ ਜਿਹੜਾ ਇਮੀਗ੍ਰੇਸ਼ਨ ਦੇ ਬਾਅਦ ਧਰਨਾ ਲੱਗਿਆ ਮਲਹਾਰ ਰੋਡ ਤੇ, ਕੀ ਕਾਰਨ ਕੀ ਹੈ? ਇਹ ਸਾਨੂੰ ਵੀ ਹੁਣ ਇੰਟੀਮੇਸ਼ਨ ਆਈ ਹੈ, ਬਠਿੰਡੇ ਤੋਂ ਕਿਸਾਨ ਜਥੇਬੰਦੀ ਦੇ ਆਏ ਹੈ ਅਤੇ 30-40 ਜਣੇ ਹੈਗੇ ਆ। ਇਹਨਾਂ ਦਾ ਕੋਈ ਸਾਨੂੰ ਹਜੇ ਫਿਲਹਾਲ ਕੋਈ ਦਰਖਾਸਤ ਨਹੀਂ ਦਿੱਤੀ, ਅਸੀਂ ਗੱਲ ਕੀਤੀ ਸੀ, ਕਹਿੰਦੇ ਹਜੇ ਸੋਚ ਕੇ ਦੱਸਦੇ, ਜਥੇਬੰਦੀ ਨਾਲ ਗੱਲ ਕਰਕੇ ਦੱਸਦੇ। ਦਰਖਾਸਤ ਹੈ ਇਹਨਾਂ ਦੀ, ਕੋਈ ਲੜਕੀ ਬਾਹਰ ਗਈ ਆ ਅਤੇ ਉਹਦੇ ਕੋਈ ਪੈਸੇ ਰਿਫੰਡ ਆਉਣੇ ਸੀ, ਉਹਦੇ ਰਿਗਾਰਡਿੰਗ ਇਹਨਾਂ ਦਾ ਕਹਿਣ ਦਾ ਮੁਤਾਬਕ ਹੈ। ਸਰ ਕਿਹੜੀ ਕੰਟਰੀ 'ਚ ਗਈ ਹੈ ਪਤਾ ਲੱਗਿਆ? ਦੱਸਿਆ ਕੈਨੇਡਾ ਗਈ ਇਹਨਾਂ ਦੀ ਲੜਕੀ। ਕੈਨੇਡਾ ਗਈ? ਹਾਂਜੀ। ਅਤੇ ਇਹ ਕਹਿੰਦੇ ਕੀ ਹੈ? ਕਹਿੰਦੇ ਕਿ ਕੋਈ ਸਾਡੇ ਪੈਸੇ ਆ ਜਿਹੜੇ ਇਹਨਾਂ ਨੇ ਨਹੀਂ? ਇਹ ਕਹਿੰਦੇ ਕਿ ਉੱਥੇ ਹੁਣ ਕਾਲਜ ਬੰਦ ਸ਼ਿਫਟ ਕੀਤਾ ਸੀ, ਉਹ ਤੋਂ ਬਾਅਦ ਕੋਈ ਰਿਫੰਡ ਹੋਇਆ ਸੀ, ਉਹਦਾ ਅਮਾਊਂਟ ਇਹਨਾਂ ਵੱਲ ਪੈਂਡਿੰਗ ਪਿਆ ਅਤੇ ਬਾਕੀ ਕਲੀਅਰ ਕਰ ਰਹੇ। ਇਹਨਾਂ ਨੂੰ ਕਿਹਾ ਸੀ ਜੇ ਸਾਨੂੰ ਕੰਪਲੇਂਟ ਦੇ ਦਿੰਦਾ ਅਸੀਂ ਵੈਰੀਫਾਈ ਕਰਕੇ ਜਿਹੜਾ ਹੈਗਾ, ਮਗਰ ਫਿਲਹਾਲ ਇਹ ਹਜੇ ਮਨਾ ਕਰ ਰਹੇ ਕਿ ਕਹਿੰਦੇ ਅਸੀਂ ਆਪਣੇ ਤੌਰ 'ਤੇ ਗੱਲ ਕਰ ਰਹੇ ਹਾਂ ਅਤੇ ਸਾਨੂੰ ਪਤਾ ਲੱਗ ਗਿਆ ਸੀ ਇਕੱਠੇ ਹੋਏ, ਇਸ ਕਰਕੇ ਅਸੀਂ ਇੱਥੇ ਪੁੱਜੇ ਹਾਂ। ਠੀਕ ਹੈ।